ਤੇ ਹੁਣ ਕਰ ਦਿੰਦੇ ਹਾਂ ਇਹਨੂੰ ਬੰਦ ਤੇ ਹੁਣ ਆਪਾਂ ਚਲਾਉਂਦੇ ਹਾਂ ਠੰਡੇ ਵਾਲੀ ਟੂਟੀ ਕਿਉਂਕਿ ਗਰਮ ਪਾਣੀ ਯਾਰ ਇੰਨਾ ਹੋ ਗਿਆ ਇਹਦੇ ਵਿੱਚ। ਇੱਦਾਂ ਹੁੰਦਾ ਬਾਈ ਇੱਦਾਂ। ਤੇ ਯਾਰ ਰੈਬਿਟਾਂ ਦੀ ਖੁਰਾਕ ਬਿਲਕੁਲ ਖਤਮ ਸੀ ਤੇ ਯਾਰ ਤੁਹਾਨੂੰ ਪਤਾ ਇਹ ਕਾਨੂੰ ਤਾਂ ਆਪਣੇ ਰੈਬਿਟ ਬਹੁਤ ਸ਼ੌਂਕ ਨਾਲ ਖਾਂਦੇ ਆ। ਗੁੱਡ ਮਾਰਨਿੰਗ ਵਾਲਿਆਂ ਨੂੰ ਸਾਰਿਆਂ ਨੂੰ ਗੁੱਡ ਮਾਰਨਿੰਗ ਤੇ ਗੁੱਡ ਆਫਟਰਨੂਨ ਵਾਲਿਆਂ ਨੂੰ ਗੁੱਡ ਆਫਟਰਨੂਨ ਯਾਰ। ਤੇ ਰੈਬਿਟਾਂ ਨੂੰ ਆਪਾਂ ਖੁਰਾਕ ਦਿੱਤੀ ਪਾ ਤੇ ਰੈਬਿਟ ਚਾਰੋ ਆਏ ਤੇ ਚਾਰੋ ਦੇ ਚਾਰੋ ਆਪਦਾ ਪੇਟ ਫੁੱਲ ਕਰ ਰਹੇ ਆ। ਤੇ ਅੱਜ ਜਦੋਂ ਯਾਰ ਮੈਂ ਆਪਣੇ ਸਾਰੇ ਮੁਰਗਿਆਂ ਨੂੰ ਤੇ ਕਬੂਤਰਾਂ ਨੂੰ ਖੁਰਾਕ ਪਾਉਣ ਆਇਆ ਸੀ ਤੇ ਮੈਨੂੰ ਇੱਕ ਗੱਲ ਨੇ ਬਹੁਤ ਜ਼ਿਆਦਾ ਡਰਾਇਆ ਤੇ ਉਹ ਮੈਂ ਤੁਹਾਨੂੰ ਵੀ ਦਿਖਾਉਣਾ ਵੀ ਉਹ ਕਿਹੜੀ ਗੱਲ ਆ ਜਿਹਨੇ ਮੈਨੂੰ ਇੰਨਾ ਜ਼ਿਆਦਾ ਡਰਾਇਆ। ਦਿਖਾਉਣਾ ਯਾਰ ਆ ਜਾਓ। ਤੇ ਯਾਰ ਦੇਖੋ ਯਾਰ ਪਹਿਲਾਂ ਰੈਬਿਟਾਂ ਦੇ ਬੱਚੇ ਇੱਕ ਤੇ ਇੱਕ ਦੋ ਦੋ ਤੇ ਇੱਕ ਤਿੰਨ ਤਿੰਨ ਤੇ ਇੱਕ ਚਾਰ ਕਿਉਂਕਿ ਆਪਣੇ ਕੋਲ ਟੋਟਲ ਰੈਬਿਟਾਂ ਦੇ ਬੱਚੇ ਕਿੰਨੇ ਸੀ ਪੰਜ ਤੁਹਾਨੂੰ ਤਕਰੀਬਨ ਸਾਰਿਆਂ ਨੂੰ ਪਤਾ ਯਾਰ ਠੀਕ ਆ। ਤੇ ਫਿਰ ਮੈਂ ਸੋਚਿਆ ਮੈਂ ਉਹਨੇ ਕਾਫੀ ਉਰੇ ਆਲੇ ਦੁਆਲੇ ਸਾਰੇ ਕਿਤੇ ਦੇਖਿਆ ਤੇ ਮੈਨੂੰ ਰੈਬਿਟਾਂ ਦਾ ਬੱਚਾ ਯਾਰ ਫਿਲਹਾਲ ਕਿਤੇ ਵੀ ਨਹੀਂ ਦਿਖਿਆ ਕਿਤੇ ਵੀ। ਤੇ ਫਿਰ ਮੈਂ ਸੋਚਿਆ ਮੈਂ ਕਿਹਾ ਯਾਰ ਗਿਆ ਤਾਂ ਗਿਆ ਕਿੱਥੇ। ਤੇ ਉਸ ਤੋਂ ਬਾਅਦ ਮੇਰੀ ਨਿਗਾਹ ਯਾਰ ਇਹ ਤੇ ਪਈ ਆ ਦੇਖੋ ਇਸ ਚੀਜ਼ ਤੇ। ਤੇ ਜੋ ਇਹ ਆ ਹੈ ਨਾ ਇਹ ਮਾਰਨਿੰਗ ਟਾਈਮ ਤਾਂ ਪੂਰਾ ਕਲੀਅਰ ਦਿਖਦਾ ਸੀ ਇਹ ਬਲੱਡ ਸੀ ਯਾਰ। ਫਿਰ ਮੈਂ ਸੋਚਿਆ ਮੈਂ ਕਿਹਾ ਵੀ ਜੋ ਇਹ ਬਲੱਡ ਆ ਇਹ ਉਸ ਰੈਬਿਟ ਦੇ ਬੱਚੇ ਦਾ ਜੋ ਆਪਾਂ ਨੂੰ ਕਿਤੇ ਵੀ ਨਹੀਂ ਦਿਖਿਆ। ਤੇ ਯਾਰ ਉਸ ਤੋਂ ਬਾਅਦ ਮੇਰੇ ਦਿਮਾਗ 'ਤੇ ਇੰਨੀ ਇੰਨੀ ਜ਼ਿਆਦਾ ਟੈਨਸ਼ਨ ਪਈ। ਤੇ ਫਿਰ ਮੈਂ ਕਿਹਾ ਵੀ ਉਹ ਰੈਬਿਟ ਦਾ ਬੱਚਾ ਫਿਰ ਮੈਂ ਸੋਚਿਆ ਮੈਂ ਕਿਹਾ ਵੀ ਇਹ ਰੈਬਿਟ ਦਾ ਬੱਚਾ ਉਹ ਯਾਰ ਕੁਛ ਵੀ ਆਪਣਾ ਕਿਉਂਕਿ ਬਾਜ ਵੀ ਤੁਹਾਨੂੰ ਪਤਾ ਉੱਧਰ ਹੁੰਦਾ ਵੀ ਫਿਰ ਰੈਬਿਟ ਦਾ ਬੱਚਾ ਖਾਇਆ ਤਾਂ ਕਿਹਨੇ ਖਾਇਆ ਜੋ ਇਹ ਬਲੱਡ ਆ ਤਾਂ ਇੱਥੇ ਫਿਰ ਖਾਣ। ਫਿਰ ਮੈਂ ਸੋਚਿਆ ਮੈਂ ਕਿਹਾ ਯਾਰ ਮੈਨੂੰ ਲੱਗਦਾ ਵੀ ਇਹ ਜੋ ਰੈਬਿਟ ਮੇਲ ਲਏ ਹੈ ਨਾ ਇਹਨੇ ਇੱਕ ਦੂਜੇ ਨਾਲ ਲੜੇ ਹੋਣਗੇ ਤੇ ਮੈਨੂੰ ਲੱਗਦਾ ਵੀ ਸ਼ਾਇਦ ਉਹ ਬੱਚਾ ਰੈਬਿਟ ਮੇਲ ਵੱਡੇ ਨੇ ਯਾਰ ਕਿਸੇ ਨੇ ਖਾ ਲਿਆ। ਤੇ ਉਸ ਤੋਂ ਬਾਅਦ ਫਿਰ ਮੈਂ ਗਿਆ ਜਿੱਥੇ ਆਪਣੇ ਵੱਡੇ ਰੈਬਿਟ ਨੇ ਤੇ ਜਦੋਂ ਮੈਂ ਦੇਖਿਆ ਇੱਕ ਆਪਣਾ ਰੈਬਿਟਾਂ ਦਾ ਬੱਚਾ ਉੱਧਰ ਫਿਰ ਯਾਰ ਮੈਨੂੰ ਥੋੜ੍ਹਾ ਜਿਹਾ ਇੱਦਾਂ ਹੋਇਆ। ਮੈਂ ਕਿਹਾ ਵੀ ਫਿਲਹਾਲ ਆਪਣੇ ਸਾਰੇ ਦੇ ਸਾਰੇ ਰੈਬਿਟਾਂ ਦੇ ਬੱਚੇ ਸਹੀ ਨੇ ਪਰ ਜੋ ਇਹ ਬਲੱਡ ਆ ਯਾਰ ਇਹ ਮੈਨੂੰ ਬਲੱਡ ਨਹੀਂ ਪਤਾ ਵੀ ਕਿਹੜੀ ਚੀਜ਼ ਦਾ ਕਿੱਥੋਂ ਆਇਆ ਤੇ ਕਿਵੇਂ ਆਇਆ ਇਹ ਨਹੀਂ ਮੈਨੂੰ ਪਤਾ। ਤੇ ਯਾਰ ਆ ਬਾਜ ਦੇ ਕੰਮ ਦੇਖੋ ਮੈਂ ਆਪਣੇ ਕਬੂਤਰਾਂ ਲਈ ਤੇ ਮੁਰਗਿਆਂ ਲਈ ਬਾਜਰਾ ਲੈ ਕੇ ਆਇਆ ਸੀ ਤੇ ਇੱਥੇ ਰੱਖਿਆ ਸੀ ਤੇ ਇੱਥੋਂ ਬਾਜ ਨੇ ਫੜਿਆ ਤੇ ਥੱਲੇ ਯਾਰ ਛੱਡਤਾ। ਓਏ ਤੇ ਆਹ ਦੇਖੋ ਯਾਰ ਜੋ ਆ ਬਲਿਊ ਕੱਪੜਾ ਉਰੇ ਹੈ ਨਹੀਂ ਗਾ ਨਾ ਇਹ ਉਰੋ ਖਰਾਬ ਪਤਾ ਕਿਹਨੇ ਕਰਿਆ ਇਹ ਖਰਾਬ ਕਰਿਆ ਆਪਣੇ ਬਾਜ ਨੇ। ਆਹ ਕੀ ਗੱਲ ਕਰਿਆ ਓਏ ਹੈ ਕਿਉਂਕਿ ਯਾਰ ਜਦੋਂ ਆਪਣਾ ਰੈਬਿਟਾਂ ਦਾ ਬੱਚਾ ਉੱਧਰ ਸੀ ਨਾ ਤੇ ਫਿਰ ਮੈਂ ਅੱਜ ਬਾਜ ਨੂੰ ਦਿਨ ਵਿੱਚ ਉੱਧਰ ਨਹੀਂ ਛੱਡਿਆ। ਮੈਂ ਕਿਹਾ ਵੀ ਬਾਜ ਉਸ ਬੱਚੇ ਦੇ ਕਿਸੇ ਵਕਤ ਅਟੈਕ ਕਰ ਸਕਦਾ ਫਿਰ ਬਾਜ ਅੱਜ ਮੈਂ ਓਪਨ ਛੱਡਤਾ। ਮੈਂ ਕਿਹਾ ਜਿੱਥੇ ਦਾ ਦਿਲ ਕਰੂਗਾ ਉੱਥੇ ਬਹਿ ਜੂਗਾ ਤੇ ਅੱਜ ਬਾਜ ਆਪਣਾ ਸਵੇਰ ਦਾ ਮਾਰਨਿੰਗ ਟਾਈਮ ਦਾ ਇੱਦਾਂ ਹੀ ਫਿਰਦਾ ਯਾਰ। ਆ ਦੇਖੋ ਯਾਰ ਇੱਦਾਂ ਕਰਦਾ ਓਏ ਤੈਨੂੰ ਆਪਾਂ ਇੱਦਾਂ ਕਰਦੇ ਇਹਨੂੰ ਚੱਕਦੇ ਹਾਂ ਤੇ ਚੱਕ ਕੇ ਯਾਰ ਉੱਧਰੇ ਲੈ ਚੱਲਦੇ ਹਾਂ ਕਿਉਂਕਿ ਇੱਥੇ ਬਾਜ ਨੇ ਆਪਣੇ ਨੇ ਬਿਲਕੁਲ ਖਰਾਬ ਕਰ ਦੇਣਾ ਹੈ ਇੱਥੇ ਰੱਖ ਦਿੰਦੇ ਹਾਂ ਇੱਦਾਂ। ਤੇ ਬਈ ਅੱਜ ਠੰਡ ਯਾਰ ਠੰਡ ਬਹੁਤ 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 ਜ਼ਿਆਦਾ ਠੰਡ ਆ ਤੇ ਮੈਂ ਇਹ ਹੁਣ ਸੋਚ ਰਿਹਾ ਵੀ ਆਪਾਂ ਆਪਣੇ ਮੁਰਗਿਆਂ ਨੂੰ ਖੋਲੀਏ ਜਾਂ ਰਹਿਣ ਦੀਏ ਜਾਂ ਇਹਨਾਂ ਨੂੰ ਫਿਰ ਖੁਰਾਕ ਇੱਥੇ ਹੀ ਪਾ ਦਈਏ। ਠੰਡ ਬਈ ਜਿੰਨੀ ਮਰਜ਼ੀ ਹੋਵੇ ਆਪਣੇ ਮੁਰਗਿਆਂ ਦੀ ਆਪਣੇ ਕਬੂਤਰਾਂ ਦੀ ਆਪਣੇ ਰੈਬਿਟਾਂ ਦੀ ਚਾਹੇ ਠੰਡ ਆ ਚਾਹੇ ਗਰਮੀ ਆ ਕੇਅਰ ਤਾਂ ਯਾਰ ਇਹਨਾਂ ਦੀ ਕਰਨੀ ਓ ਕਰਨੀ ਆ ਠੰਡ ਵਿੱਚ ਵੀ ਕਰਨੀ ਆ ਔਰ ਗਰਮੀ ਵਿੱਚ ਵੀ ਕਰਨੀ ਆ। ਤੇ ਹੁਣ ਆਪਾਂ ਇੱਦਾਂ ਕਰਦੇ ਹਾਂ ਜੋ ਆਪਣੇ ਆ ਰੈਬਿਟਾਂ ਦੇ ਬੱਚੇ ਆ ਇਹਨਾਂ ਦਾ ਪੇਟ ਮੈਨੂੰ ਦੇਖਣ ਨੂੰ ਇੱਦਾਂ ਲੱਗ ਰਿਹਾ ਵੀ ਖਾਲੀ ਖਾਲੀ ਆ ਤੇ ਹੁਣ ਇਹਨਾਂ ਨੂੰ ਆਪਾਂ ਫੜਦੇ ਹਾਂ। ਅੱਜਾ 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 ਵੀ ਅੱਜਾ ਅੱਜਾ ਆਜਾ ਇੱਦਾਂ ਵੈਰੀ ਗੁੱਡ ਇੱਕ ਫੜ ਲਿਆ ਤੇ ਇਹਦੇ ਨਾਲ ਦੇ ਯਾਰ ਤਿੰਨ ਹਲੇ ਇੱਧਰ ਹੋਰ ਨੇ ਕਿਉਂਕਿ ਇੱਧਰ ਚਾਰ ਨੇ ਨਾ ਪੰਜਵਾਂ ਉੱਧਰ ਆ ਪਰ ਉਹ ਫੜਨੇ ਕਾਫੀ ਔਖੇ ਆ ਕਿਉਂਕਿ ਮੈਂ ਇੱਥੋਂ ਆ ਸਹੀ ਕਰਿਆ ਆਪਣੇ ਰੈਬਿਟ ਇੱਧਰ ਜਾਂਦੇ ਸੀ ਮੁਰਗਿਆਂ ਵਾਲੇ ਘਰ ਇੱਥੋਂ ਮੈਂ ਸਹੀ ਕਰਿਆ ਇਹਨਾਂ ਨੇ ਇੱਕ ਨਵਾਂ ਹੋਲ ਆ ਬਣਾ ਲਿਆ ਯਾਰ ਇੱਧਰ ਜਾਣ ਨੂੰ ਕਿੱਥੇ ਆਹ ਦੇਖੋ ਤੇ ਹੁਣ ਆਪਣੇ ਰੈਬਿਟ ਇੱਦਾਂ ਜਾਂਦੇ ਆ ਇੱਦਾਂ ਆ ਜਾਂਦੇ ਆ ਯਾਰ ਉਹ ਬੈਠੇ ਆ ਤਿੰਨ ਦੇ ਤਿੰਨ ਰੈਬਿਟ ਉਹ ਬੈਠੇ ਆ ਉਹ ਦੇਖੋ ਯਾਰ ਉਹਦੇ ਆ ਜਾਓ ਵੀ ਆ ਜਾਓ ਖੁਰਾਕ ਖਾਣੀ ਹੈ ਜੇ ਤੁਸੀਂ ਆਪਦੀ ਆ ਜਾਓ ਇੱਧਰ ਆ ਜਾਓ ਬਾਹਰ ਆ ਜਾਓ ਇੱਦਾਂ ਨਹੀਂ ਹੋਣਾ ਇਹਨਾਂ ਨੂੰ ਬਾਹਰ ਕੱਢਣ ਦਾ ਵੀ ਬਈ ਇੱਕ ਤਰੀਕਾ ਅਤੇ ਉਹ ਮੈਂ ਤੁਹਾਨੂੰ ਦਿਖਾਉਣਾ ਤਕਰੀਬਨ ਤੁਹਾਨੂੰ ਪਤਾ ਹੀ ਆ ਕਿਹੜਾ ਤਰੀਕਾ ਅਤੇ ਉਸ ਤਰੀਕੇ ਨਾਲ ਇਹਨਾਂ ਨੂੰ ਬਾਹਰ ਕੱਢਦੇ ਹਾਂ ਯਾਰ ਇੱਥੋਂ ਇੱਦਾਂ ਕੱਢਣੇ ਪੈਣੇ ਆ ਯਾਰ ਦੇਖੋ ਆ ਜਾਓ ਵੀ ਇੱਦਾਂ ਕਰਦੇ ਹਾਂ ਅਤੇ ਆ ਖਿੜਕੀ ਓਪਨ ਕਰਦੇ ਹਾਂ ਕਿਉਂਕਿ ਬਿਲਕੁਲ ਖਿੜਕੀ ਦੇ ਕੋਲ ਨੇ ਫਿਰ ਆਪਾਂ ਨੂੰ ਇਹਦੀ ਵੀ ਲੋੜ ਨਹੀਂ ਹੈਗੀ ਅਤੇ ਫਿਰ ਇੱਦਾਂ ਫੜਦੇ ਹਾਂ ਯਾਰ ਅਤੇ ਇਹਨੂੰ ਕਰਦੇ ਹਾਂ ਸਾਈਡ 'ਤੇ ਇੱਦਾਂ ਅਤੇ ਇਹਨੂੰ ਵੀ ਕਰਦੇ ਹਾਂ ਇੱਦਾਂ ਅਤੇ ਯਾਰ ਮੁਰਗਿਆਂ ਨੇ ਬਾਹਰ ਆ ਜਾਣਾ ਫਿਰ ਆਪਾਂ ਇੱਦਾਂ ਕਰਦੇ ਹਾਂ ਮੁਰਗਿਆਂ ਨੂੰ ਸਾਰਿਆਂ ਨੂੰ ਖੋਲ ਦਿੰਦੇ ਹਾਂ ਕੁਛ ਨਹੀਂ ਹੁੰਦਾ ਆਜੋ 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 ਵੀ ਆਜੋ ਆਜੋ ਦੇਖੋ ਯਾਰ ਜਾਂਦੇ ਆ ਸਾਰੇ ਬਾਹਰ ਚਲੋ 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 ਚਲੋ
ਉਹ ਇੱਧਰ ਨੂੰ ਆਉਣਾ ਵੀ ਆਜੋ 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 ਵੈਰੀ ਗੁੱਡ ਚਲੋ ਤੇ ਤੁਹਾਨੂੰ ਉਹ ਚੱਲ ਯਾਰ ਇਹਨੂੰ ਕੀ ਹੋ ਗਿਆ ਯਾਰ ਚੱਲ ਵੀ ਚੱਲ ਯਾਰ ਚੱਲ 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 ਯਾਰ ਚੱਲ ਯਾਰ ਇਹਨੂੰ ਕੀ ਹੋ ਗਿਆ ਓਹੋ ਚੱਲ ਯਾਰ ਚੱਲ 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 ਆ ਜਾ ਮੈਂ ਤੈਨੂੰ ਛੱਡਾਂ ਆ ਜਾ ਚੱਲ 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 ਸਹੀ ਆ ਯਾਰ ਸਹੀ ਆ ਇਹਨੇ ਤਾਂ ਯਾਰ ਮੈਨੂੰ ਡਰਾਤਾ ਮੈਂ ਕਿਹਾ ਵੀ ਇਹ ਤੁਰ ਨਹੀਂ ਰਹੀ ਪਤਾ ਨਹੀਂ ਇਹਨੂੰ ਕੀ ਹੋ ਗਿਆ ਵੈਸੇ ਆਪਣੀ ਮੁਰਗੀ ਬਿਲਕੁਲ ਸਹੀ ਆ ਯਾਰ ਤੇ ਇੱਧਰ ਕੋਈ ਵੀ ਡੌਗ ਨਹੀਂ ਕੋਈ ਵੀ 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 ਨਹੀਂ ਗਾ ਯਾਰ ਨਹੀਂ ਇੱਥੇ ਆਪਣਾ ਬਾਜ ਹੈਗਾ ਤੇ ਆਪਣੇ ਸਾਰੀਆਂ ਮੁਰਗੀਆਂ ਦੀ ਕੇਅਰ ਕਰੂਗਾ ਤੇ ਆਪਾਂ ਚੱਲਦੇ ਹਾਂ ਉੱਧਰ ਤੇ ਜੋ ਰੈਬਿਟਾਂ ਦੇ ਬੱਚੇ ਤਿੰਨ ਰਹਿੰਦੇ ਆ ਉਹਨਾਂ ਨੂੰ ਫੜਦੇ ਆ ਇੱਕ ਦੋ ਤੇ ਇੱਕ ਦੋਏ ਫੜੇ ਜਾਣਗੇ ਯਾਰ ਇੱਕ ਹੱਥ 'ਚ ਤਿੰਨ ਨਹੀਂ ਆਉਂਦੇ ਦੋਏ ਆਉਂਦੇ ਆ ਇਹ 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 ਆ ਇੱਦਾਂ ਦੇਖੋ ਯਾਰ ਬਾਜ਼ੀ ਫੈਮਿਲੀ ਜਾ ਰਹੀ ਆ ਜਾ ਬਾ ਤੈਨੂੰ ਤੇਰੀ ਫੈਮਿਲੀ ਨਾਲ ਮਿਲਾਂ ਆ ਜਾ ਆ ਜਾ ਆ ਜਾ ਬਈ ਆ ਜਾ ਯਾਰ ਆ ਜਾ ਆ ਜਾ ਓ ਆ ਜਾ ਬਾਜ਼ ਆ ਜਾ ਵੀ ਆ ਲਓ ਤੇ ਯਾਰ ਆ ਬਾਜ਼ ਦੀ ਮਦਰ ਦੇਖੋ ਯਾਰ ਬਾਜ਼ ਮਿਲ ਰਿਹਾ ਵਾਹ ਬਈ ਵਾਹ ਵਾਹ ਬਈ ਵਾਹ ਤੇ ਬਾਜ਼ ਵੀ ਪੂਰਾ ਖੁਸ਼ ਹੋ ਕੇ ਮਿਲ ਰਿਹਾ ਤੇ ਵੀ ਯਾਰ ਪੂਰਾ ਖੁਸ਼ ਹੋ ਕੇ ਮਿਲ ਰਿਹਾ ਬਾਜ਼ ਨੂੰ ਇਹ ਤਾਂ ਚਲੋ ਵਧੀਆ ਹੋ ਗਿਆ ਯਾਰ ਤੇ ਬਾਜ਼ ਆਪਦੀ ਫੈਮਿਲੀ ਨੂੰ ਮਿਲ ਰਿਹਾ ਤੇ ਬਾਜ਼ ਦਾ ਵੀ ਦਿਲ ਕਰਦਾ ਹੋਣਾ ਵੀ ਮੈਂ ਵੀ ਆਪਦੀ ਫੈਮਿਲੀ ਨੂੰ ਦੇਖਾਂ ਤੇ ਉਦਾਂ ਹੀ ਹੁਣ ਬਾਜ਼ ਕੁਛ ਕਰ ਰਿਹਾ ਤੇ ਆਪਦੀ ਫੈਮਿਲੀ ਨੂੰ ਮਿਲ ਰਿਹਾ ਯਾਰ ਖੇਡੋ ਖੇਡੋ ਆਪਦਾ ਇੰਜੋਏ ਕਰੋ ਯਾਰ ਕਰੋ ਕਰੋ ਜਿੱਥੇ ਬਾਜ਼ ਜਾਣਾ ਜਾ ਅੱਜ ਬਾਜ਼ ਜੋ ਤੇਰਾ ਅੱਜ ਦਿਲ ਕਰਦਾ ਉਹ ਕਰ ਬਈ ਤੇ ਜਾ 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 ਖੇਡ 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 ਤੇ ਬਾਜ਼ ਨੂੰ ਯਾਰ ਹੁਣ ਆਪਾਂ ਇੱਥੇ ਕੁਛ ਕੁ ਟਾਈਮ ਛੱਡਦੇ ਹਾਂ ਤੇ ਬਾਜ਼ ਇਹਨਾਂ ਨਾਲ ਖੇਡੂਗਾ ਆਪਦੀ ਜ਼ਿੰਦਗੀ ਨੂੰ ਇੰਜੋਏ ਕਰੂਗਾ ਆਪਣੇ ਘਰੇ ਚਲਿਆ ਗਿਆ ਬਾਜ਼ ਨੂੰ ਆਪਣੇ ਘਰ ਦਾ ਪਤਾ ਬਈ ਬਾਜ਼ ਆ ਜਾ ਉਰੇ ਆਉਰੇ ਦੇਖੋ ਯਾਰ ਨਹੀਂ ਬਾਜ਼ ਇਹਦਾ ਕਿਸੇ ਦੇ ਘਰੇ ਨਹੀਂ ਜਾਂਦਾ ਤੇ ਬਾਜ਼ ਆਪਣੇ ਘਰੇ ਆਇਆ ਦੇਖੋ ਹੁਣ ਮੈਨੂੰ ਲੱਗਦਾ ਬਾਜ਼ ਡੇਸੀ ਨਾਲ ਖੇਡੂਗਾ ਪਰ ਡੇਸੀ ਯਾਰ ਉਧਰ ਪਿੰਜਰੇ ਦੇ ਵਿੱਚ ਆ ਬਾਜ਼ ਕਿੱਥੇ ਆ ਗਿਆ ਵੀ ਤੂੰ ਆ ਵੀ ਯਾਰ ਪਿੱਛੇ ਆ ਗਿਆ ਦੇਖੋ ਮੇਰੇ ਖੇਡੋ ਖੇਡੋ ਯਾਰ ਖੇਡੋ 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 ਜਿੱਦਾਂ ਮਰਜ਼ੀ ਕਰੋ ਜੋ ਤੁਹਾਡਾ ਦਿਲ ਕਰਦਾ ਉਹ ਕਰੋ ਅੱਜ ਬਾਜ਼ ਆਪਣਾ ਪੂਰਾ ਖੁਸ਼ ਆ ਡੇਸੀ ਆ ਜਾ ਬਈ ਯਾਰ ਆ ਨਹੀਂ ਰਹੀ ਬਾਹਰ ਪਤਾ ਨਹੀਂ ਕਿਉਂ ਨਹੀਂ ਆ ਰਹੀ ਤੇ ਕਿਉਂਕਿ ਅੱਜ ਬਾਈ ਠੰਡ ਬਹੁਤ ਜ਼ਿਆਦਾ ਡੇਸੀ ਬਿਲਕੁਲ ਰਿਲੈਕਸ ਹੋ ਕੇ ਬੈਠੀ ਆ ਡੇਸੀ 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 ਨਹੀਂ ਯਾਰ ਨਹੀਂ ਆ ਰਹੀ ਆ ਜਾ ਬਾਅਦ ਚੱਲੀਏ ਤੈਨੂੰ ਡੇਸੀ ਨਹੀਂ ਮਿਲਣਾ ਚਾਹੁੰਦੀ ਆ ਜਾ ਆ ਗਈ ਯਾਰ ਆ ਗਈ ਆ ਗਈ ਡੇਸੀ ਉਹ ਦੇਖ ਆਉਣਾ ਆ ਮਿਲ ਲਾ ਬਾਜ ਮਿਲ ਲਾ ਬਈ ਮਿਲ ਲਾ ਮਿਲ ਲਾ ਮਿਲ ਲਾ ਤੇ ਯਾਰ ਬਾਜ ਆਪਣਾ ਡੇਸੀ ਨੂੰ ਲੱਭ ਰਿਹਾ ਸੀ ਵੀ ਕਿੱਥੇ ਗਈ ਡੇਸੀ ਖੇਡਦਾ ਖੇਡਦਾ ਡੇਸੀ ਵੀ ਇਹਨੂੰ ਕੁਛ ਨਹੀਂ ਕਹਿੰਦੀ ਤੇ ਬਾਜ਼ ਵੀ ਇਹਨੂੰ ਕੁਛ ਨਹੀਂ ਕਹਿੰਦਾ ਆ ਜਾ ਆ ਜਾ ਉਰੇ ਆ ਬਾਜ਼ ਉਰੇ ਬਸ ਖੇਡ ਲਿਆ ਤਾਂ ਚੱਲੀ ਹੁਣ ਉਧਰ ਆ ਜਾ ਇੱਦਾਂ ਤਾਂ ਯਾਰ ਬਾਜ਼ ਨੇ ਉਦੋਂ ਜਾਣਾ ਹੀ ਨਹੀਂ ਇਹਨੂੰ ਚੱਕ ਕੇ ਲਿਜਾਣਾ ਪੈਣਾ ਉੱਧਰ ਨਹੀਂ ਇੱਦਾਂ ਬਾਈ ਇਹਨੇ ਆਪਦੀ ਮਰਜ਼ੀ ਨਾਲ ਨਹੀਂ ਜਾਣਾ ਇਹਨੇ ਇੱਥੇ ਹੀ ਰਹਿਣਾ ਦੇਖੋ ਆਪਣੇ ਇੱਕ ਗੱਲ ਦੇਖੋ ਆਪਣੇ ਬਾਜ਼ ਨੂੰ ਆਪਣੇ ਘਰ ਦਾ ਪਤਾ ਕਿਉਂਕਿ ਬਾਜ਼ ਇੱਕ ਦੋ ਵਾਰ ਇੱਧਰ ਆਇਆ ਹਨਾ ਤੇ ਬਾਜ਼ ਨੂੰ ਪਤਾ ਵੀ ਇਹ ਸਾਡਾ ਘਰ ਆ ਹੈ ਬਾਜ਼ ਤੈਨੂੰ ਪਤਾ ਵੀ ਇਹ ਸਾਡਾ ਘਰ ਆ ਬਈ ਓਏ ਤੇ ਜੋ ਆਪਣੇ ਕਬੂਤਰ ਨੇ ਅੱਜ ਆਪਾਂ ਕਬੂਤਰਾਂ ਨੂੰ ਬਾਹਰ ਨਹੀਂ ਕੱਢ ਰਹੇ ਕਿਉਂਕਿ ਯਾਰ ਬਾਹਰ ਅੱਜ ਠੰਡ ਬਹੁਤ ਜ਼ਿਆਦਾ ਨਾ ਮੈਂ ਤੁਹਾਨੂੰ ਦੱਸ ਕੇ ਵੀ ਹਟਿਆ ਤੇ ਅੱਜ ਆਪਾਂ ਜੋ ਖੁਰਾਕ ਕਬੂਤਰਾਂ ਨੂੰ ਅੱਜ ਆਪਾਂ ਖੁਰਾਕ ਉਹਨਾਂ ਦੇ ਘਰ ਹੀ ਪਾ ਦਿੰਦੇ ਹਾਂ ਅੱਜ ਵੀ ਮੇਰੇ ਮਗਰ ਮਗਰ ਆ ਗਿਆ ਯਾਰ ਬਾਜ਼ ਉੱਧਰ ਨਹੀਂ ਆਉਣਾ ਤੇ ਯਾਰ ਉੱਧਰ ਇੱਕ ਰੈਬਿਟ ਦਾ ਬੱਚਾ ਮੈਂ ਇਸ ਕਰਕੇ ਬਾਜ਼ ਨੂੰ ਉੱਧਰ ਨਹੀਂ ਜਾਣ ਦਿੰਦਾ ਤੇ ਰੈਬਿਟ ਵੀ ਸਾਰੇ ਆਪਣੇ ਵੀ ਤੁਸੀਂ ਆਪਦੀ ਖੁਰਾਕ ਖਾਓ ਆਪਦਾ ਪੇਟ ਫੁੱਲ ਕਰੋ ਕੋਈ ਉਹ ਫਿਰਦਾ ਕੋਈ ਉਹ ਫਿਰਦਾ ਤੇ ਕੌਣ ਯਾਰ ਅੰਦਰ ਗਿਆ ਚਲੋ ਜੋ ਇਹਨਾਂ ਦਾ ਦਿਲ ਕਰਦਾ ਉਹ ਕਰਨੇ ਯਾਰ ਆ ਲਓ ਇਹ ਆ ਲਓ ਵੀ ਤੇ ਹੁਣ ਦੇਖੋ ਸਾਰਿਆਂ ਨੇ ਵਾਰੀ ਵਾਰੀ ਆਉਣਾ ਤੇ ਸਭ ਨੇ ਖੁਰਾਕ ਖਾਣੀ ਆ ਕਿਉਂਕਿ ਯਾਰ ਇਹਨਾਂ ਦੀ ਮਾਰਨਿੰਗ ਟਾਈਮ ਦੀ ਖੁਰਾਕ ਖਾਧੀ ਹੋਈ ਆ ਤੇ ਇਸ ਵਕਤ ਇਹਨਾਂ ਨੂੰ ਕਾਫੀ ਭੁੱਖ ਲੱਗੀ ਹੋਣੀ ਆ ਤੇ ਯਾਰ ਤੁਸੀਂ ਮੈਨੂੰ ਸਾਰੇ ਇਹ ਕਮੈਂਟ ਕਰ ਰਹੇ ਹੋ ਵੀ ਬਾਈ ਜੋ ਮੁਰਗੀ ਦਾ ਅੰਡਾ ਕਬੂਤਰੀ ਦੇ ਥੱਲੇ ਰੱਖਿਆ ਸੀ ਤੇ ਉਹਨੂੰ ਚੈੱਕ ਕਰ ਕੁਛ ਅੱਜ ਆਪਾਂ ਇੱਦਾਂ ਹੀ ਕਰਦੇ ਹਾਂ ਤੇ ਦੇਖਦੇ ਹਾਂ ਵੀ ਉਹਦੇ ਵਿੱਚ ਬੱਚਾ ਹੈ ਜਾਂ ਨਹੀਂ ਹੈ ਇੱਥੇ ਅੰਡਾ ਪਿਆ ਆ ਪਿਆ ਅੰਡਾ ਤੇ ਇਹਨੂੰ ਚੈੱਕ ਕਿੱਦਾਂ ਕਰੀਏ ਇੱਦਾਂ ਕਰਦੇ ਹਾਂ ਤੇ ਜੋ ਇਹਦੀ ਆਹ ਲਾਈਟ ਆ ਹਨਾ ਤੇ ਇਹਨੂੰ ਥੋੜ੍ਹਾ ਜਿਹਾ ਇੱਦਾਂ ਕਰ ਲੈਂਦੇ ਹਾਂ ਇੱਦਾਂ ਰੱਖ ਕੇ ਦੇਖਦੇ ਹਾਂ ਵੀ ਇਹਦੇ ਨਾਲ ਚੈੱਕ ਹੁੰਦਾ ਜਾਂ ਨਹੀਂ ਹੁੰਦਾ ਯਾਰ ਇਹਦੇ ਨਾਲ ਨਹੀਂ ਚੈੱਕ ਹੋਣਾ ਯਾਰ ਨਹੀਂ ਚੈੱਕ ਹੋਣਾ ਵੀ ਇਹਦੇ ਨਾਲ ਯਾਰ ਜੋ ਆਪਣੀ ਪਿੰਕ ਮੁਰਗੀ ਹੈ ਨਾ ਤੇ ਉਹਦੀ ਇੱਕ ਲੱਤ ਨੂੰ ਕੁਛ ਹੋਇਆ ਹੋਇਆ ਯਾਰ ਤੇ ਇੱਕ ਲੱਤ ਤੋਂ ਕਾਫੀ ਦਰਦ ਮੰਨ ਰਹੀ ਆ
पता नहीं यार की होया होया। चलो 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 भी चलो चलो अपने रैबिट यार बैठे देखो किन्ने किन्ने सोहने लगते हैं। तो आप इदा करते हैं हम सारे रैबिटा अंदर करना उधर। तो आप जो होल आ ना सब तो पहला होल को चलते हैं तो होल न बंद करते हैं यार इदा। तो हूँ आप इन्हों आसानी फड़ सकते हैं तो आसानी फड़ के उस तो बाद बॉक्स के पा सकते हैं तो उस तो बाद उधर छड़ सकते हैं यार। होल दे मूहरे यार जाल लाए दा आपां हुण इह फायदा होया। तो देखो नहीं रैबिट दे बच्चे ने उन्हें अंदर जाना सी ते हुण बाहर आ। चलो भी चलो 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 यार चलो चलो बाहर चलो भी चलो 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 यार चलो 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 वैर एक रह गया यार। चल चल यार बाहर नहीं आ रहे देखो चल यार वैरी गुड। तो पांच दे पांच रैबिट देखो यार। तो हुण देखो इन्हां दा पेट देखो किन्ना फुल फुल लग रहा इहदा मतलब इन्हां ने आपदी खुराक खा ली। चलो यार चलो 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 अपनी यार कुड़त मुर्गी ने भी खुराक खा ली। तो इहनू हुण आपां फड़दे आ ते इहनू छड़दे आ। इहनू जदों इहने खुराक खानी आ उदों इहनू थल्ले छड्डणा पैंदा ते हुण इहने आपदी खुराक खाधी ते हुण इहनू थल्ले तों उपर करना पैणा। आ जा यार आ जा ओ आ जा इक आ जा ले। तो यार देखियो हुण इहने अंडियां ते बहना ते आपदे अंडियां दी बिल्कुल ऐन वधिया तरीके नाल केयर कर रही है। तो बस तुसीं सारयां ने रब अगे ये दुआ करनी आ भी ये अंडियां दे विचों बच्चे यार बिल्कुल सही सलामत निकलन। सारे कबूतर देखो आपदी आपदी खुराक खाई बैठे आ ते आपदा आपदा पेट फुल करी बैठे आ। ते यार जो अपनी पिंक मुर्गी आ ना ते पिंक मुर्गी दी लत्त नूं पता नहीं यार की हो गया। कल मैं मेडिकल ते जाऊंगा मेडिकल वाले नूं दसूंगा भी इदा इदा करके भी साडी मुर्गी नूं प्रॉब्लम आ ते उह फिर मेडिसिन दऊगा ते उस तों बाद आपां मेडिसिन अपनी मुर्गी नूं दवांगे। ते होर यार कम होर इक तां हाँ एक अपना कम रहिंदा ते एक यार जो अपना कबूतरी थले अंडा रखिया होया उहनूं आपां चैक करना भी उहदे विच बच्चा है जां नहीं है। साइड दिओ भी ते अंडा आपां लिया चक यार। फिलहाल मैनू ये अंडा यार सही नहीं लग रहा तेन आप इतें रख दें। तो यार बाकी तुसी मैनू दस दौ भी ये अंडा सही आ जा नहीं सही फिर इनू आप अंडे ना बिल्कुल वेस्ट कर देंगे। होर अपना तकरीबन सारा काम फिनिश हो गया यार। तो वीडियो आप इतने एंड कर देने अपनी वीडियो लाइक शेयर तो अपने चैनल में जरूर सबसक्राइब कर लियो ता जो थोनू अपनी हर एक वीडियो का यार जो नोटिफिकेशन मिल जाए करे तो अपनी वीडियो देख सको। लव यू यार थोनू सारे।